ਮੈਂ ਅਡੀਸ਼ਨਲ SHO ਗੁਰਨਾਮ ਸਿੰਘ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਿਹਾਤੀ। ਅੱਜ ਮੈਂ ਆਪਣੀ ਟੀਮ ਦੇ ਨਾਲ ਸ਼ਾਹਕੋਟ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਸੀ। ਨਾਕਾਬੰਦੀ ਦੌਰਾਨ 2-wheeler ਮੋਟਰਸਾਈਕਲ ਚੈੱਕ ਕੀਤੇ ਬਿਨਾਂ ਕਾਗਜ਼ਤ ਬਿਨਾਂ ਨੰਬਰੀ, ਜੋ ਉਹਨਾਂ ਨੂੰ ਬੰਦ ਕੀਤਾ ਗਿਆ ਜੋ ਕਿ ਹੁੱਲੜਬਾਜ਼ੀ ਕਰ ਰਹੇ ਸਨ। ਇਹ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਅਤੇ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਕਾਬੰਦੀ ਕੀਤੀ ਸੀ। ਪਰ ਜੇਕਰ ਫਿਰ ਵੀ ਇਹ ਵਿਅਕਤੀ ਹੁੱਲੜਬਾਜ਼ੀ ਕਰਨ ਤੋਂ ਨਾ ਰੁਕੇ ਤਾਂ ਵੱਧ ਤੋਂ ਵੱਧ ਨਾਕਾਬੰਦੀ ਕਰਕੇ ਮੋਟਰਸਾਈਕਲਾਂ ਨੂੰ ਬੌਂਡ ਕੀਤਾ ਜਾਵੇਗਾ। ਮੈਂ ਅਡੀਸ਼ਨਲ SHO ਗੁਰਨਾਮ ਸਿੰਘ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਿਹਾਤੀ। ਅੱਜ ਮੈਂ ਆਪਣੀ ਟੀਮ ਦੇ ਨਾਲ ਸ਼ਾਹਕੋਟ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਸੀ। ਨਾਕਾਬੰਦੀ ਦੌਰਾਨ 2-wheeler ਮੋਟਰਸਾਈਕਲ ਚੈੱਕ ਕੀਤੇ ਬਿਨਾਂ ਕਾਗਜ਼ਤ ਬਿਨਾਂ ਨੰਬਰੀ, ਜੋ ਉਹਨਾਂ ਨੂੰ ਬੰਦ ਕੀਤਾ ਗਿਆ ਜੋ ਕਿ ਹੁੱਲੜਬਾਜ਼ੀ ਕਰ ਰਹੇ ਸਨ। ਇਹ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਅਤੇ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਕਾਬੰਦੀ ਕੀਤੀ ਸੀ। ਪਰ ਜੇਕਰ ਫਿਰ ਵੀ ਇਹ ਵਿਅਕਤੀ ਹੁੱਲੜਬਾਜ਼ੀ ਕਰਨ ਤੋਂ ਨਾ ਰੁਕੇ ਤਾਂ ਵੱਧ ਤੋਂ ਵੱਧ ਨਾਕਾਬੰਦੀ ਕਰਕੇ ਮੋਟਰਸਾਈਕਲਾਂ ਨੂੰ ਬੌਂਡ ਕੀਤਾ ਜਾਵੇਗਾ। ਮੈਂ ਅਡੀਸ਼ਨਲ SHO ਗੁਰਨਾਮ ਸਿੰਘ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਿਹਾਤੀ। ਅੱਜ ਮੈਂ ਆਪਣੀ ਟੀਮ ਦੇ ਨਾਲ ਸ਼ਾਹਕੋਟ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਸੀ। ਨਾਕਾਬੰਦੀ ਦੌਰਾਨ 2-wheeler ਮੋਟਰਸਾਈਕਲ ਚੈੱਕ ਕੀਤੇ ਬਿਨਾਂ ਕਾਗਜ਼ਤ ਬਿਨਾਂ ਨੰਬਰੀ, ਜੋ ਉਹਨਾਂ ਨੂੰ ਬੰਦ ਕੀਤਾ ਗਿਆ ਜੋ ਕਿ ਹੁੱਲੜਬਾਜ਼ੀ ਕਰ ਰਹੇ ਸਨ। ਇਹ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਅਤੇ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਕਾਬੰਦੀ ਕੀਤੀ ਸੀ। ਪਰ ਜੇਕਰ ਫਿਰ ਵੀ ਇਹ ਵਿਅਕਤੀ ਹੁੱਲੜਬਾਜ਼ੀ ਕਰਨ ਤੋਂ ਨਾ ਰੁਕੇ ਤਾਂ ਵੱਧ ਤੋਂ ਵੱਧ ਨਾਕਾਬੰਦੀ ਕਰਕੇ ਮੋਟਰਸਾਈਕਲਾਂ ਨੂੰ ਬੌਂਡ ਕੀਤਾ ਜਾਵੇਗਾ। ਮੈਂ ਅਡੀਸ਼ਨਲ SHO ਗੁਰਨਾਮ ਸਿੰਘ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਿਹਾਤੀ। ਅੱਜ ਮੈਂ ਆਪਣੀ ਟੀਮ ਦੇ ਨਾਲ ਸ਼ਾਹਕੋਟ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਸੀ। ਨਾਕਾਬੰਦੀ ਦੌਰਾਨ 2-wheeler ਮੋਟਰਸਾਈਕਲ ਚੈੱਕ ਕੀਤੇ ਬਿਨਾਂ ਕਾਗਜ਼ਤ ਬਿਨਾਂ ਨੰਬਰੀ, ਜੋ ਉਹਨਾਂ ਨੂੰ ਬੰਦ ਕੀਤਾ ਗਿਆ ਜੋ ਕਿ ਹੁੱਲੜਬਾਜ਼ੀ ਕਰ ਰਹੇ ਸਨ। ਇਹ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਅਤੇ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਕਾਬੰਦੀ ਕੀਤੀ ਸੀ। ਪਰ ਜੇਕਰ ਫਿਰ ਵੀ ਇਹ ਵਿਅਕਤੀ ਹੁੱਲੜਬਾਜ਼ੀ ਕਰਨ ਤੋਂ ਨਾ ਰੁਕੇ ਤਾਂ ਵੱਧ ਤੋਂ ਵੱਧ ਨਾਕਾਬੰਦੀ ਕਰਕੇ ਮੋਟਰਸਾਈਕਲਾਂ ਨੂੰ ਬੌਂਡ ਕੀਤਾ ਜਾਵੇਗਾ। ਮੈਂ ਅਡੀਸ਼ਨਲ SHO ਗੁਰਨਾਮ ਸਿੰਘ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਿਹਾਤੀ। ਅੱਜ ਮੈਂ ਆਪਣੀ ਟੀਮ ਦੇ ਨਾਲ ਸ਼ਾਹਕੋਟ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਸੀ। ਨਾਕਾਬੰਦੀ ਦੌਰਾਨ 2-wheeler ਮੋਟਰਸਾਈਕਲ ਚੈੱਕ ਕੀਤੇ ਬਿਨਾਂ ਕਾਗਜ਼ਤ ਬਿਨਾਂ ਨੰਬਰੀ, ਜੋ ਉਹਨਾਂ ਨੂੰ ਬੰਦ ਕੀਤਾ ਗਿਆ ਜੋ ਕਿ ਹੁੱਲੜਬਾਜ਼ੀ ਕਰ ਰਹੇ ਸਨ। ਇਹ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਅਤੇ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਕਾਬੰਦੀ ਕੀਤੀ ਸੀ। ਪਰ ਜੇਕਰ ਫਿਰ ਵੀ ਇਹ ਵਿਅਕਤੀ ਹੁੱਲੜਬਾਜ਼ੀ ਕਰਨ ਤੋਂ ਨਾ ਰੁਕੇ ਤਾਂ ਵੱਧ ਤੋਂ ਵੱਧ ਨਾਕਾਬੰਦੀ ਕਰਕੇ ਮੋਟਰਸਾਈਕਲਾਂ ਨੂੰ ਬੌਂਡ ਕੀਤਾ ਜਾਵੇਗਾ।